ਜੇ ਅੱਜ ਸੋਫੀਆ ਦਲੀਪ ਸਿੰਘ ਦੀ ਵੀ ਗੱਲ ਕੀਤੀ ਹੈ ਤਾਂ ਉਹਦਾ ਕਾਰਨ ਇਹੀ ਹੈ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਸਫ਼ਰ ਦੇ ਵਿੱਚ ਉਹ ਕੁਝ ਕਰ ਵਿਖਾਇਆ ਕਿ ਜਿਸ ਇੰਗਲੈਂਡ ਨੇ ਦੁਨੀਆ ਨੂੰ ਆਪਣੇ ਕਬਜ਼ੇ 'ਚ ਰੱਖਣ ਦੀ ਕੋਸ਼ਿਸ਼ ਕੀਤੀ ਉੱਥੇ ਤਾਂ ਔਰਤਾਂ ਨੂੰ ਵੋਟ ਦਾ ਹੱਕ ਹੀ ਨਹੀਂ ਸੀ। ਦੁਨੀਆ ਦੇ ਸਾਹਮਣੇ ਜੱਗ ਜਾਹਰ ਕੀਤਾ ਅਤੇ ਉਸ ਸੰਘਰਸ਼ ਦੇ ਲਈ ਉਹਨਾਂ ਨੇ ਸਮਰਪਣ ਕੀਤਾ, ਪੂਰੀ ਤਰ੍ਹਾਂ ਉਸ ਲਈ ਲੜੇ ਅਤੇ ਇਸੇ ਕਾਰਨ ਉਹਨਾਂ ਨੂੰ ਸਨਮਾਨ ਦਿੱਤਾ ਗਿਆ। ਆ ਮੌਜੂਦਾ ਸਮੇਂ ਵੀ ਇੱਕ ਪ੍ਰਦਰਸ਼ਨੀ ਜਿਹੜੀ ਹੈ ਬੜੀ ਵਧੀਆ ਜਿਹੜੀ ਹੈ ਵਣਜਾਰਾ ਨੋਵਿਡ ਦੇ ਰਾਹੀਂ ਜਿਹੜੀ ਹੈ ਕੁਲੈਕਸ਼ਨ ਦੇ ਰਾਹੀਂ ਲਾਈ ਹੋਈ ਹੈ ਜਿਸ ਦੇ ਵਿੱਚ ਸੋਫੀਆ ਦਲੀਪ ਸਿੰਘ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹ ਪੋਤਰੀ ਸੀ ਉਸ ਦੇ ਜੋ ਪ੍ਰਾਪਤੀਆਂ ਜਾਂ ਔਰਤਾਂ ਲਈ ਜਿਹੜਾ ਸੰਘਰਸ਼ ਕੀਤਾ ਹੈ ਉਸ ਦੀ ਸਾਰੀ ਦਾਸਤਾਨ ਹੈ ਇਹ ਸਰੀ ਦੇ ਵਿੱਚ ਜਿਹੜਾ ਹੈ ਸਰੀ ਮਿਊਜ਼ੀਅਮ ਇੱਥੇ ਇਹ ਰਾਜ ਸਿੰਘ ਪੰਡਾਲ ਅਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਸਪੈਸ਼ਲੀ ਇੰਟਰਨੈਸ਼ਨਲ ਵੂਮੈਨ ਡੇ 'ਤੇ ਉਸ ਦੇ ਵਿੱਚ ਬਹੁਤ ਕੁਝ ਐਸੇ ਪਹਿਲੂ ਪੇਸ਼ ਕੀਤੇ ਗਏ ਨੇ। ਸਾਨੂੰ ਵੱਧ ਚੜ੍ਹ ਕੇ ਜਾਣਾ ਚਾਹੀਦਾ ਕਿਉਂਕਿ ਅਸੀਂ ਇਹ ਵੀ ਗੱਲ ਕਰੀਏ ਕਿ ਜਿਹੜਾ ਸਾਊਥ ਏਸ਼ੀਅਨ ਵਰਗਾ ਜਿਹੜਾ ਇੱਕ ਨਸਲਵਾਦੀ ਵਰਤਾਰਾ ਹੈ ਜਾਂ ਔਰਤਾਂ ਨਾਲ ਵਿਤਕਰੇ ਦਾ ਵਰਤਾਰਾ ਹੈ ਉਸ ਦੀ ਥਾਂ 'ਤੇ ਬਰਾਬਰਤਾ ਦੀ ਗੱਲ ਹੈ, ਪਛਾਣ ਦੀ ਗੱਲ ਹੈ, ਔਰਤਾਂ ਦੀ ਦੇਣ ਦੀ ਗੱਲ ਹੈ। ਉਹਨਾਂ ਨੂੰ ਪਛਾਣੀਏ ਤਾਂ ਹੀ